ਪਹੁੰਚਿਆਂ ਪਿੰਡ ਹਰਪੁਰਾ ਜੋ ਬਟਾਲੇ ਦੇ ਲਾਗੇ ਪੈਂਦਾ ਹੈ ਜ਼ਿਲ੍ਹਾ ਗੁਰਦਾਸਪੁਰ ਜਿੱਥੇ ਜੋ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਆ ਕਿ ਪਿੰਡਾਂ ਦਾ ਵਿਕਾਸ ਹੋ ਰਿਹਾ ਉੱਥੇ ਜੋ ਇੱਕ ਪਿੰਡ ਹੈ ਹਰਪੁਰਾ ਜਿੱਥੇ ਕਾਫੀ ਲੋਕ ਜੋ ਗੰਦਗੀ ਦੇ ਵਿੱਚ ਦਿਨ ਕੱਟ ਰਹੇ ਹਨ ਕਿਤੇ ਇੱਕ ਬੰਨੇ 'ਤੇ ਛੱਪੜ ਵੀ ਕਾਫੀ ਸਾਫ਼ ਹੋਣ ਵਾਲਾ ਹੈ ਔਰ ਜੋ ਦੂਜੇ ਬੰਨੇ ਕਿਹਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਵੀ ਅਸੀਂ ਵਿਕਾਸ ਕਰ ਰਹੇ ਹਾਂ ਇਹ ਹੈ ਮੇਨ ਪਿੰਡ ਦੀ ਗਲੀ ਜਿਸ ਵਿੱਚ ਜੋ ਛੱਪੜ ਦਾ ਪਾਣੀ ਭਰਿਆ ਹੋਇਆ ਹੈ ਜਿੱਥੇ ਕਿੱਡਾ ਕਿੱਡਾ ਤੜਾ ਘਾਹ ਵੀ ਉੱਗਿਆ ਅਤੇ ਲਾਗੇ ਜੋ ਗੁਰੂ ਘਰ ਦੀ ਦੁਆਰ ਹੈ ਇਹ ਗੁਰਦੁਆਰਾ ਸਾਹਿਬ ਹੈ ਬਾਬਾ ਜੀਵਨ ਸਿੰਘ ਜੀ ਪਿੰਡ ਹਰਪੁਰੇ ਦਾ ਅਤੇ ਲਾਗੇ ਜੋ ਕਿੰਨੀ ਹੀ ਨਰਕ ਭਰਿਆ ਜੋ ਇਹ ਪਿੰਡ ਬਣਿਆ ਹੋਇਆ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਵੱਡੇ ਵਾਅਦੇ ਕੀਤੇ ਜਾ ਰਹੇ ਆ ਕਿ ਅਸੀਂ ਪਿੰਡਾਂ ਦੇ ਵਿਕਾਸ ਕਰ ਰਹੇ ਹਾਂ ਇਹ ਪਰ ਪਿੰਡ ਪੰਜਾਬ ਸਰਕਾਰ ਦੀਆਂ ਅੱਖਾਂ ਗਾੜੀ ਨਹੀਂ ਆਇਆ ਅਤੇ ਤੁਹਾਨੂੰ ਦ੍ਰਿਸ਼ ਵਿਖਾ ਦਿਆਂ ਸਾਰੇ ਪਿੰਡ ਦਾ ਹੀ ਤਕਰੀਬਨ ਇਹੋ ਹੀ ਹਾਲ ਹੈ ਛੋਟੇ ਛੋਟੇ ਬੱਚੇ ਇੱਦਾਂ ਪਾਣੀ 'ਚ ਤੁਰੇ ਫਿਰੇ ਇੱਕ ਬੰਨੇ ਕਹਿ ਰਹੀ ਹੈ ਸਰਕਾਰ ਕਿ ਕਰੋਨਾ ਦੀ ਬਿਮਾਰੀ ਚੱਲ ਰਹੀ ਆ ਦੂਸਰੇ ਬੰਨੇ ਉਹਨਾਂ ਨੂੰ ਇਹ ਪਿੰਡ ਦਿਖਾਈ ਨਹੀਂ ਦਿੱਤਾ ਜਿੱਥੇ ਜੋ ਕਿ ਕੋਈ ਪਿੰਡ ਦਾ ਵਿਕਾਸ ਨਹੀਂ ਹੋਇਆ ਅਤੇ ਕਿੰਨੇ ਘਰ ਆ ਤਕਰੀਬਨ 50-60 ਘਰ ਆ ਜਿਹੜੇ ਗਲੀਆਂ ਲੱਗਦੀਆਂ ਹਨ ਅਤੇ ਲੋਕ ਜੋ ਨਰਕ ਭਰੀ ਜ਼ਿੰਦਗੀ ਕੱਟ ਰਹੇ ਆ ਜੋ ਪਿੰਡ ਦਾ ਛੱਪੜ ਦਾ ਹੈ ਕੋਈ ਪਾਣੀ ਦਾ ਵਿਕਾਸ ਨਹੀਂ ਹੈ ਅਤੇ ਗਲੀਆਂ ਪੂਰੀਆਂ ਫੁੱਲ ਭਰੀਆਂ ਹਨ ਅਤੇ ਸਾਰਾ ਪਿੰਡ ਜੋ ਵੀ ਪੰਜਾਬ ਸਰਕਾਰ ਕੋਲ ਮੰਗ ਕਰ ਰਿਹਾ ਕਿ ਜੋ ਪਿੰਡ ਦਾ ਵਿਕਾਸ ਕੀਤਾ ਜਾਵੇ ਹੋਰ ਹੀ ਤੁਹਾਨੂੰ ਆਪਾਂ ਵਿਖਾਲਦੇ ਹਾਂ ਦੇਖਦੇ ਰਹੋ ਦਵਿੰਦਰ ਸਿੰਘ ਦੇ ਨਾਲ ਇਹ ਜੀ ਪਿੰਡ ਹਰਪੁਰੇ ਦੀ ਜੋ ਮੇਨ ਰੋਡ ਹੈ ਮੇਨ ਫਿਰ ਗਲੀ ਆ ਅਤੇ ਜੋ ਵੀ ਗੁਰਦੁਆਰੇ ਸਾਹਿਬ ਜਾਣਾ ਵੀ ਸੰਗਤਾਂ ਦਾ ਜੋ ਮੁਸ਼ਕਿਲ ਹੋਇਆ ਇਹ ਗੁਰਦੁਆਰੇ ਦਾ ਰਸਤਾ ਹੈ ਔਰ ਗੁਰਦੁਆਰੇ ਜਾਣਨਾ ਵੀ ਬਹੁਤ ਮੁਸ਼ਕਿਲ ਹੋਇਆ ਲੋਕਾਂ ਦਾ ਅਤੇ ਪਿੰਡ ਵਾਲੇ ਜੋ ਆ ਜੀ ਮੇਨ ਗਲੀ ਗੁਰਦੁਆਰੇ ਸਾਹਿਬ ਦੇ ਲਾਗੋ ਹੈ ਸਿਰਫ ਗੁਰਦੁਆਰੇ ਦੇ ਨਾਲ ਜੋ ਸਰਦਾਰ ਮੰਗਲ ਸਿੰਘ ਜੀ ਕਾਂਗਰਸ ਦਾ ਵਿਕਾਸ ਇਸ ਹਲਕਾ ਸ੍ਰੀ ਹਰਿਮੰਦਪੁਰ ਦਾ ਪਿੰਡ ਹਰਪੁਰ ਦਾ ਜਿਹੜਾ ਵਿਕਾਸ ਆ ਲੋਕਾਂ ਦਾ ਜਿਹੜਾ ਘਰਾਂ ਦੇ ਵਿੱਚ ਕਿੱਦਾਂ ਪਾਣੀ ਫਿਰ ਰਿਹਾ ਆ ਪਰਲੇ ਪਾਸੇ ਦੇਖੋ ਜਿਹੜੀ ਮਰਜ਼ੀ ਗਲੀ ਦੇ ਵਿੱਚ ਚੱਲ ਜਾਓ ਅਤੇ ਵਿਕਾਸ ਜਿਹੜਾ ਵਾ ਕਿੱਦਾਂ ਮੁਸ਼ਕਿਲ ਆ ਗੁਰਦੁਆਰੇ ਦੇ ਨਾਲ ਲਾਗੋ ਦੀ ਗਲੀ ਆ ਜੀ ਬਾਹਰ ਗੁਰਦੁਆਰੇ ਦੀ ਗਲੀ ਆ ਅਤੇ ਗੁਰਦੁਆਰੇ ਲੰਘਣਾ ਵੀ ਸੰਗਤ ਨੂੰ ਬੜਾ ਔਖਾ ਇੱਥੋਂ ਤੱਕ ਕਿ ਪਰਲੇ ਪਾਸੇ ਤੁਸੀਂ ਆ ਜਾਓ ਗਲੀ ਜਿਹੜੀ ਮੇਨ ਇਹ ਜੀ ਪਿੰਡ ਹਰਪੁਰੇ ਦਾ ਜੋ ਹਰ ਗਲੀ ਹਰ ਘਰ ਦੇ ਵਿੱਚ ਜੋ ਗਾੜੀ ਕਿੰਨਾ ਕਿੰਨਾ ਪਾਣੀ ਹੈ ਇੱਕ ਬੰਨੇ ਪੰਜਾਬ ਸਰਕਾਰ ਕਹਿ ਰਹੀ ਹੈ ਇੱਕ ਬੰਨੇ ਅਸੀਂ ਵਿਕਾਸ ਕੀਤਾ ਆਹ ਗਲੀਆਂ ਹੈ ਪਿੰਡ ਦੀਆਂ ਇਹ ਪਿੰਡਾਂ ਦੀਆਂ ਗਲੀਆਂ ਜੀ ਇਹ ਜੀ ਪਿੰਡਾਂ ਦੀਆਂ ਗਲੀਆਂ ਹੈ ਇੱਕ ਬੰਨੇ ਵਿਕਾਸ ਹੋ ਰਿਹਾ ਪੰਜਾਬ ਸਰਕਾਰ ਕਹਿ ਰਹੀ ਹੈ ਪਰ ਇੱਧਰ ਜੋ ਅਜੇ ਤੱਕ ਕੋਈ ਵੀ ਨਹੀਂ ਧਿਆਨ ਦਿੱਤਾ ਲੰਘਣਾ ਬਹੁਤ ਔਖਾ ਦਿਨੇ ਲੰਘਣਾ ਔਖਾ ਰਾਤ ਕਿਸ ਤਰ੍ਹਾਂ ਕੋਈ ਲੰਘ ਸਕਦਾ ਹੈ ਪੰਜਾਬ ਸਰਕਾਰ ਨੂੰ ਮੰਗ ਕਰ ਰਿਹਾ ਪਰਿਵਾਰ ਪਿੰਡ ਵਾਸੀ ਕਿ ਜਿਹੜਾ ਛੇਤੀ ਛੇਤੀ ਸਾਡਾ ਪਿੰਡ ਦਾ ਵਿਕਾਸ ਕੀਤਾ ਜਾਵੇ ਜਿਹੜੀ ਮੀਟਿੰਗ ਕੀਤੀ ਗਈ ਹੈ ਹਰਪੁਰੇ ਵਿਖੇ ਕਿਹਾ ਸਮਝ ਕੀਤੀ ਗਈ ਅੱਜ ਅਸੀਂ ਮੀਟਿੰਗ ਹਲਕਾ ਸ੍ਰੀ ਹਰਿਮੰਦਪੁਰ ਦੇ ਪਿੰਡ ਹਰਪੁਰਾ ਦੇ ਵਿੱਚ ਕੀਤੀ ਗਈ ਆ ਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਅੱਜ ਤੋਂ 4 ਸਾਲ ਪਹਿਲਾਂ ਕੈਪਟਨ ਸਾਹਿਬ ਨੇ ਅਤੇ ਇਸ ਹਲਕੇ ਦੇ ਵਿਧਾਇਕ ਨੇ ਇਸ ਇਲਾਕੇ ਦੇ ਲੋਕਾਂ ਨੂੰ ਅਤੇ ਇਸ ਨਗਰ ਦੇ ਲੋਕਾਂ ਨੂੰ ਝੂਠ ਬੋਲ ਕੇ ਵੋਟਾਂ ਲਈਆਂ ਬਹੁਤ ਜ਼ੋਰ ਕਰਕੇ ਕਿਹਾ ਕਿ ਅਸੀਂ ਪਿੰਡਾਂ ਦਾ ਵਿਕਾਸ ਕਰਾਵਾਂਗੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜਿਹੜੇ ਝੂਠੇ ਲਾੜੇ ਲਾਏ ਗਏ ਕਿ ਅਸੀਂ 262 ਤੁਹਾਡਾ ਮਾਫਕ ਦੇ ਬਦਲੇ 400 ਕਰਾਂਗੇ ਇੱਥੋਂ ਤੱਕ ਵੀ ਕਿਹਾ ਗਿਆ ਕਿ ਤੁਹਾਡੀਆਂ ਜਿਹੜੀ ਪਿਲਸਨ ਹੈ ਜਿਹੜੀ ਉਹ 2500 ਦੇਵਾਂਗੇ ਅਤੇ ਘਰ ਘਰ ਨੌਕਰੀ ਦੇਵਾਂਗੇ ਅੱਜ ਲੋਕਾਂ ਨੂੰ ਅਸੀਂ ਜਗਾਉਣ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪਿੰਡ ਪਿੰਡ ਅਸੀਂ ਜਿਹੜੀਆਂ ਮੀਟਿੰਗਾਂ ਕਰਕੇ ਅਤੇ ਕੈਪਟਨ ਦੀਆਂ ਜਿਹੜੀ ਝੂਠੇ ਵਾਅਦੇ ਨੇ ਉਹਨਾਂ ਦੇ ਖੋਖਲੇ ਵਾਅਦੇ ਨੇ ਉਹ ਲੋਕਾਂ ਦੇ ਵਿੱਚ ਅਸੀਂ ਜਿਹੜੇ ਚਾਨਣ ਕਰ ਰਹੇ ਹਾਂ ਅਤੇ ਲੋਕ ਜਿਹੜੇ ਨੇ
कैप्टन को जवाब मांग रहे ने भाई अहीं तां इहो मांग करदे आ पी साडे पाणी दा विकास के बने निकले ते मान लो सानूं वी कोई सुख होवे अहीं भाई कम्म तो आउंदे आ 6-7 बजे कम्म तो आउंदे आउंदे आ बाद च पाणी कढ़णा पैंदा ते तुसीं आप सियाणे जो उदां बीमारी दा माहौल चलण डिआ ਪਾਣੀ ਨਾਲ ਤੇ ਹੋਰ ਲੱਗ ਸਕਦੀ ਆ ਹੋ ਜੇ ਇਧਰ ਵੇਖੋ ਪਾਣੀ ਵੇਖੋ ਬਹੁਤ ਜ਼ਿਆਦਾ ਖਰਾਬ ਮਾਹੌਲ ਚੱਲ ਬੱਚੇ ਸਾਡੇ ਬਿਮਾਰ ਪੈਣ ਡਿਆ ਰਾਤ ਨੂੰ ਮੱਛਰ ਲੜਦਾ ਜੀ ਤੇ ਰੋਟੀ ਪਾਣੀ ਦਾ ਬਹੁਤ ਕਿੰਨਾ ਮੁਸ਼ਕਲ ਹੁੰਦੀ ਆ ਜੋ ਕੋ ਭੈਣ ਭਰਾ ਹੁੰਦਾ ਵਾ ਕਿੰਨੇ ਚਿਰ ਤੋਂ ਇਹ ਬਹੁਤ ਪੁਰਾਣਾ ਹੀ ਕੰਮ ਚੱਲਦਾ 2-4-5 ਸਾਲ ਹੀ ਹੋ ਗਏ ਜੀ ਜਿਹੜਾ ਵੀ ਐਮਐਲਏ ਬੰਦਾ ਵਾ ਜਾਂ ਕੋਈ ਕੁਝ ਕਹਿੰਦਾ ਵਾ ਕਹਿੰਦਾ ਕੋਈ ਨਾ ਹੱਲ ਕਰਾਂਗਾ ਹਾਲ ਅਜ ਤੱਕ ਨਹੀਂ ਸਰਜੀ ਹੋਇਆ ਸਿੰਨੇ ਸਾਡੇ ਖਾਸ ਕਰਕੇ ਐਸੀ ਭਾਈਚਾਰੇ ਦੇ ਲੋਕ ਨੇ ਅਤੇ ਉਹਨਾਂ ਨੂੰ ਬੜੇ ਵੱਡੇ ਵੱਡੇ ਸਬਕ ਸਿਖਾਉਂਦੇ ਸੀ ਕਿ ਕੈਪਟਨ ਦੀ ਜਦੋਂ ਸਰਕਾਰ ਆਵੇਗੀ ਜਿਹੜੀਆਂ ਬੀਬੀਆਂ ਨੂੰ ਪਿਲਸਨ 500 ਰੁਪਈਆ ਮਿਲਦੀ ਹੈ ਉਹਨਾਂ ਨੂੰ 2500 ਮਿਲੇਗੀ ਅਤੇ ਲੋਕ ਬੀਬੀਆਂ ਸਾਡੀਆਂ ਮਗਰ ਲੱਗ ਗਈਆਂ ਅਤੇ ਜਿਹੜੇ ਸਾਡੇ ਭਾਈਚਾਰੇ ਨੂੰ ਐਸੀ ਭਾਈਚਾਰੇ ਨੂੰ ਬਾਦਲ ਸਾਹਿਬ ਨੇ ਕਣਕ ਦਾਲ ਦਿੱਤੀ ਸੀ ਲੀਲੇ ਕਾਰਡ ਬਣਵਾਏ ਸੀ ਅਤੇ ਨਾਲ ਕੈਪਟਨ ਨੇ ਉਹ ਵੀ ਕਹਿਤਾ ਕਿ ਮੈਂ ਕਣਕ ਦਾਲ ਦੇ ਨਾਲ ਨਾਲ ਮੈਂ ਤੁਹਾਨੂੰ ਖੰਡ ਦੇ ਨਾਲ ਤੁਹਾਨੂੰ ਘਿਓ ਵੀ ਦੇਵਾਂਗਾ ਅਸੀਂ ਲੋਕ ਉਹਨਾਂ ਦੇ ਮਗਰ ਲੱਗ ਗਏ ਇਸੇ ਤਰ੍ਹਾਂ ਅਸੀਂ ਲੋਕ ਕੈਪਟਨ ਦੇ ਲਾਰਿਆਂ ਪਿੱਛੇ ਆ ਗਏ ਕਿ ਸਾਨੂੰ ਘਰ ਘਰ ਨੌਕਰੀ ਮਿਲਣੀ ਆ